ਪੰਜਾਬ ਭਰ 'ਚ ਅੱਜ ਚੋਣਾਂ ਨੂੰ ਲੈ ਕੇ ਲੋਕ ਵੋਟ ਪਾ ਰਹੇ ਨੇ, ਆਪਣਾ ਵੋਟ ਦੇ ਅਧਿਕਾਰ ਨੂੰ ਵਰਤ ਰਹੇ ਨੇ। ਲਗਭਗ 2 ਕਰੋੜ ਤੋਂ ਵੱਧ ਲੋਕ ਵੋਟਰ ਇੱਥੇ ਪੰਜਾਬ ਵਿੱਚ ਹੈਗੇ ਨੇ। ਇਸ ਵਕਤ ਮੈਂ ਪੰਜਾਬ ਦੇ ਹੌਟ ਸੀਟ ਜਿਹਨੂੰ ਕਿਹਾ ਜਾਂਦਾ, ਅੰਮ੍ਰਿਤਸਰ ਈਸਟ ਕੌਨਸਟੀਚੁਐਂਸੀ ਯਾਨੀ ਕਿ ਪੂਰਬੀ ਕੌਨਸਟੀਚੁਐਂਸੀ, ਉਹਦਾ ਇੱਕ ਪਿੰਡ ਹੈ ਮੂਦਲ। ਮੈਂ ਉੱਥੇ ਆਇਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਗੁਬਾਰੇ ਵਗੈਰਾ ਲਗਾ ਕੇ ਔਰ ਵੋਟ ਜਿੱਥੇ ਪੈਣੇ ਆ ਉਸ ਬੂਥ ਨੂੰ ਸੋਹਣਾ ਸਜਾਇਆ ਵੀ ਗਿਆ, ਦੱਸਿਆ ਵੀ ਗਿਆ ਕਿ ਕਈ ਜਗ੍ਹਾ 'ਤੇ ਮਾਡਲ ਵਿਲੇਜਸ ਨੂੰ ਮਾਡਲ ਬੂਥ ਬਣਾਏ ਗਏ ਨੇ, ਪਿੰਕ ਬੂਥ ਬਣਾਏ ਗਏ ਨੇ ਵੱਖੋ ਵੱਖਰੇ ਤਰੀਕੇ ਦੇ ਲੋਕਾਂ ਨੂੰ ਅਟਰੈਕਟ ਕਰਨ ਲਈ ਕਿ ਵੋਟ ਪਾਉਣ, ਆਪਣਾ ਵੋਟ ਦਾ ਅਧਿਕਾਰ ਜ਼ਰੂਰ ਲੈਣ। ਹੁਣ ਉੱਥੇ ਦੇ ਜਿਹੜੇ ਖਾਸ ਤੌਰ 'ਤੇ ਅੰਮ੍ਰਿਤਸਰ ਪੂਰਬੀ ਦਾ ਇਲਾਕਾ, ਇਹ ਹੌਟ ਸੀਟ ਇਸ ਲਈ ਹੈ ਕਿ ਇੱਥੇ ਬਹੁਤ ਵੱਡੇ ਲੀਡਰ ਜਿਨ੍ਹਾਂ ਨੂੰ ਗਿਣਿਆ ਜਾਂਦਾ, ਨਵਜੋਤ ਸਿੰਘ ਸਿੱਧੂ ਔਰ ਬਿਕਰਮ ਸਿੰਘ ਮਜੀਠੀਆ, ਇਹ 2 ਵੱਡੇ ਲੀਡਰਸ ਨੇ ਜਿਹਦੇ ਕਰਕੇ ਇਹ ਸੀਟ ਇਸ ਵੇਲੇ ਖਬਰਾਂ ਵਿੱਚ ਆਈ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਜੀਵਨਜੋਤ ਕੌਰ ਜਾਂ ਉਹਦੇ ਇਲਾਵਾ ਬੀਜੇਪੀ ਦੇ 20 ਕੈਂਡੀਡੇਟਸ ਨੇ, ਹੋਰ ਵੀ ਕੈਂਡੀਡੇਟਸ ਨੇ, ਲੇਕਿਨ ਇੱਥੇ ਦੇ ਲੋਕਾਂ ਨਾਲ ਆਪਾਂ ਗੱਲ ਕਰਦੇ ਹਾਂ, ਉਹ ਆਪਣੇ ਇਲਾਕੇ ਬਾਰੇ, ਆਉਣ ਵਾਲੇ ਲੀਡਰ ਬਾਰੇ, ਔਰ ਕਿਉਂ ਔਰ ਕਿਸ ਕਰਕੇ ਵੋਟ ਪਾਉਂਦੇ ਨੇ, ਉਹਨਾਂ ਬਾਰੇ ਉਹਨਾਂ ਨੂੰ ਗੱਲ ਕਰਦੇ। ਸਭ ਤੋਂ ਪਹਿਲੇ ਮੈਂ ਮੂਦਲ ਜਿਹੜਾ ਪਿੰਡ ਹੈ ਇਹਦੇ ਬਾਰੇ ਜਾਣਕਾਰੀ ਲੈਣਾ ਚਾਹਾਂਗਾ ਜੀ। ਤੁਹਾਡਾ ਕੀ ਨਾਂ ਹੈ ਜੀ? ਮੇਰਾ ਨਾਂ ਬਲਵੀਰ ਸਿੰਘ ਜੀ। ਬਲਵੀਰ ਸਿੰਘ ਜੀ, ਆਪਣੇ ਪਿੰਡ ਬਾਰੇ ਪਹਿਲੇ ਦੱਸੋ ਜੀ। ਹਾਂਜੀ, ਸਾਡਾ ਇਹ ਨਗਰ ਅਸੀਂ ਆਪਣੇ ਵੱਡੇ ਵਡੇਰਿਆਂ ਤੋਂ ਸੁਣਿਆ ਜੀ, ਇਹ ਮਤਲਬ ਜਦੋਂ ਨਗਰ ਦਾ ਇੱਥੇ ਮਤਲਬ ਇਹਨੂੰ ਵਸਾਇਆ ਗਿਆ ਨਾ, ਉਦੋਂ ਇੱਥੇ ਮਤਲਬ 3 ਭਰਾ ਆਏ ਸੀ। ਉਹ ਇੱਥੇ ਇੱਕ ਢਾਬ ਹੁੰਦੀ ਸੀ, ਇੱਕ ਟਿੱਬਾ ਸੀ, ਇਹਦਾ ਮਤਲਬ ਢਾਬ ਦਾ ਪਾਣੀ ਬਹੁਤ ਮਿੱਠਾ ਸੀਗਾ, ਅਤੇ ਉਹਨਾਂ ਨੇ ਕਿਹਾ ਜੀ ਇਹ ਪਾਣੀ ਬੜਾ ਮਿੱਠਾ ਇਹਦਾ, ਇਹ ਮਤਲਬ ਸਾਡੇ ਦਿਲ ਨੂੰ ਇਸ ਸਥਾਨ ਨੇ ਮੋਹ ਲਿਆ ਵਾ, ਅਤੇ ਹੌਲੀ ਹੌਲੀ ਉਹ ਜਿਹੜਾ ਇਹਦਾ ਨਾਂ ਸੀ ਨਾ ਮੋਹ ਦਿਲ, ਮਤਲਬ ਮੋਹ ਦਿਲ ਸੀਗਾ। ਅਸੀਂ ਵੇਖਦੇ ਰਹੇ ਹਾਂ ਕਿ ਪਿੰਡ ਦੀ ਜਿਹੜੀ ਡਿਊਟੀ ਸੀ ਨਾ ਗੁਰਦੁਆਰੇ ਵਾਲੀ, ਉਹਦੇ ਉੱਤੇ ਵੀ ਮੋਹ ਦਿਲ ਲਿਖਿਆ ਹੁੰਦਾ ਸੀ, ਮੋਹ ਦਿਲ। ਹੌਲੀ ਹੌਲੀ ਇਹ ਟੁੱਟਦਾ ਟੁੱਟਦਾ ਫਿਰ ਮੂਦਲ ਬਣ ਗਿਆ। ਪਰ ਜਿਹੜਾ ਮੋਹ ਦਿਲ ਵਾਲੀ ਗੱਲ ਸੀਗੀ, ਔਰ ਪਿੰਡ ਦੇ ਵਿੱਚ ਤੁਸੀਂ ਕਹਿੰਦੇ ਹੋ ਵੀ ਇੱਕ ਸ਼ੀਤਲ ਠੰਡਾ ਪਾਣੀ ਸੀ ਜਿਹਦੇ ਕਰਕੇ ਲੋਕ ਆਉਂਦੇ ਸੀ, ਅੱਜ ਕੀ ਹਾਲਾਤ ਨੇ ਮੂਦਲ ਦੇ, ਕਿੰਨੀ ਆਬਾਦੀ ਹੈ ਤੇ ਕੀ ਪਾਣੀ ਦੀ ਹਾਲਾਤ? ਵੇਖੋ ਜੀ, ਪਾਣੀ ਦੇ ਹਾਲਾਤ ਤੇ ਸਾਰੇ ਪੰਜਾਬ ਦਾ ਹੀ ਇਹ ਕੁਝ ਹੈ ਕਿ ਜ਼ਹਿਰ ਬਣ ਚੁੱਕਾ ਉਹ ਪਾਣੀ, ਉਹ ਉਦੋਂ ਵਾਲੀਆਂ ਤਾਂ ਗੱਲਾਂ ਰਹੀਆਂ ਹੀ ਨਹੀਂ ਗੀਆਂ, ਲੇਕਿਨ ਇਹ ਆ ਕਿ ਕਿਉਂਕਿ ਇੱਥੇ ਵੀ ਮਤਲਬ ਕਿ ਜਿਹੜਾ ਨਗਰ ਆ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਾਡੇ ਪਿੰਡ ਦਾ ਵਿਕਾਸ ਵੀ ਹੋਇਆ, ਇਹ 'ਚ ਕੋਈ ਸ਼ੱਕ ਨਹੀਂ, ਭਾਵੇਂ ਉਹ ਦੇਰ ਹੋਇਆ ਜਾਂ ਕਿੰਨੇ ਕੀਤਾ ਕਿੰਨੇ ਨਹੀਂ, ਇਹ ਇੱਕ ਗੱਲ ਵੱਖਰੀ ਆ। ਪਰ ਇਹ ਆ ਕਿ ਜੋ ਜਿਸ ਢੰਗ ਦੇ ਨਾਲ ਮਤਲਬ ਕਿ ਹੋਣਾ ਚਾਹੀਦਾ ਸੀ, ਜਿਸ ਢੰਗ ਨਾਲ ਸਾਨੂੰ ਵਧੀਆ ਨੁਮਾਇੰਦਾ ਮਿਲਣਾ ਚਾਹੀਦਾ ਸੀ, ਉਹ ਸਾਨੂੰ ਪਿਛਲੇ ਸਮੇਂ 'ਚ ਨਹੀਂ ਮਿਲ ਸਕਿਆ ਅੱਜ ਤੱਕ, ਠੀਕ ਹੈ। ਉਹ ਇਸ ਕਰਕੇ ਆ ਕਿਉਂਕਿ ਲੋਕਾਂ ਦੀ ਨਬਜ਼ ਪਛਾਣਨ ਦੀ ਲੋੜ ਸੀ, ਸਾਡੇ ਮੰਨ ਲਓ ਕਿ ਬਹੁਤ ਸਾਰੇ ਕੰਮ ਆ ਜਿਹੜੇ ਇੱਥੇ ਹੋਣ ਵਾਲੇ ਸੀ ਜਿਹੜੇ ਨਹੀਂ ਹੋ ਰਹੇ, ਅੱਜ ਵੀ ਜਿਹੜੇ ਨਹੀਂ ਹੋਏ। ਐਡਾ ਤਕੜਾ ਮਤਲਬ ਨਗਰ ਆ, ਇਹ ਫੋਕਲ ਪੈਣ ਸੀ ਜਿਹੜਾ ਕਿ ਅਕਾਲੀ ਗੌਰਮੈਂਟ ਵੇਲੇ ਬਣਿਆ ਸੀ, ਉਦੋਂ ਇੱਥੇ ਚਾਹੀਦੀਆਂ ਸੀ ਸਾਰੀਆਂ ਸੁਵਿਧਾ, ਜਿਹੜੀਆਂ ਕਿ ਉਹ ਸੁਵਿਧਾ ਹੈ ਹੀ ਨਹੀਂ ਇੱਥੇ। ਇੱਥੇ ਪਹਿਲੀ ਗੱਲ ਤਾਂ ਮੰਡੀ ਚਾਹੀਦੀ ਸੀ ਬਹੁਤ ਵੱਡੀ, ਇੱਥੇ ਪਟਵਾਰੀ ਬੈਠਣਾ ਚਾਹੀਦਾ ਸੀ। ਇਸ ਇਲੈਕਸ਼ਨ 'ਚੋਂ ਅਸੀਂ ਇਹ ਸਮਝਦੇ ਕਿ ਜਿਵੇਂ ਲੋਕ ਮੁੱਦੇ ਜਿਹੜੇ ਉਹ ਗਾਇਬ ਹੋਏ ਆ, ਮਤਲਬ ਲੜਾਈ ਜਿਹੜੀ ਉਹ ਚਿਹਰਿਆਂ ਦੀ ਆ, ਜਾਂ ਮਤਲਬ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਦੀ ਆ, ਉਹ ਇੱਕ ਲੀਡਰ ਕਿਸੇ 'ਤੇ ਕੋਈ ਇਲਜ਼ਾਮ ਲਾਉਂਦਾ, ਦੂਜਾ ਕੋਈ ਲਾਉਂਦਾ ਵਾ, ਜਦੋਂ ਕਿ ਅਸੀਂ ਚਾਹੁੰਦੇ ਹਾਂ, ਸਾਡੇ ਮਤਲਬ ਨਗਰ ਵਾਸੀਆਂ ਦੀ ਇਹ ਮੰਗ ਆ ਕਿ ਇੱਥੇ ਜਿਹੜੇ ਮੁੱਦੇ ਆ ਨਾ ਲੋਕਲ ਲੈਵਲ ਦੇ ਉੱਤੇ ਜੋ ਮੰਗਾਂ ਸਾਨੂੰ ਚਾਹੀਦੀਆਂ ਉਹ ਹੋਣੀਆਂ ਚਾਹੀਦੀਆਂ ਸੀ, ਜਿਹੜੀਆਂ ਨਹੀਂ ਹੋਈਆਂ, ਜਿਹੜੀਆਂ ਗਾਇਬ ਹੋਈਆਂ ਅੱਜ ਦੀ ਇਲੈਕਸ਼ਨ 'ਚੋਂ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਹਾਲੀ ਕੁਛ ਜਿਹੜੇ ਹਾਲੀ ਵੀ ਵੋਟਰਾਂ ਦਾ ਰੁਝਾਨ ਹੈਗਾ, ਔਰ ਵੋਟ ਆਪਣੇ ਆਪਣੇ ਲੋਕ ਪਾ ਰਹੇ ਨੇ ਆ ਕੇ। ਜ਼ਿਆਦਾਤਰ ਇਹਦੇ 'ਤੇ ਜਿਹੜੀ ਵੋਟਾਂ ਦਾ ਰੁਝਾਨ ਦੱਸਿਆ ਜਾਂਦਾ ਹੈ ਕਿ ਰੂਟੀਨ ਵਿੱਚ ਜਿਹੜੇ ਪਹਿਲੇ ਇਲੈਕਸ਼ਨਾਂ ਵਿੱਚ ਵੋਟਾਂ ਦਾ ਲੋਕਾਂ ਦਾ ਰੁਝਾਨ ਕਾਫੀ ਜ਼ਿਆਦਾ ਹੁੰਦਾ ਸੀ, ਇੱਥੇ ਐਤਕੀ ਪਰਸੈਂਟੇਜ ਕੰਪੈਰੇਟਿਵਲੀ ਪਹਿਲੇ ਨਾਲੋਂ ਘੱਟ ਹੁੰਦੀ ਜਾ ਰਹੀ ਹੈ। ਇੱਥੇ ਇੱਕ ਤਰ੍ਹਾਂ ਦੀ ਹੁਣ ਜਿਹੜੇ ਵੋਟ ਪਾ ਕੇ ਆ ਗਏ ਨੇ ਜਾਂ ਚੱਲੇ ਨੇ, ਉਹ ਵੀ ਪਿੰਡ ਦੀ ਸੱਥ ਵਾਂਗੂ ਹੀ ਇੱਕ ਸੱਥ ਲਾਈ ਹੈ। ਲੇਕਿਨ ਮੈਂ ਤੁਹਾਨੂੰ ਪੁੱਛ, ਤੁਸੀਂ ਵੋਟ ਪਾ ਕੇ ਆਏ ਹੋ ਜੀ, ਤੁਹਾਡਾ ਕੀ ਨਾਂ ਹੈ? ਹਰਸਿਮਰਨ ਸਿੰਘ ਸਰਕਾਰੀ ਆ, ਵੋਟ ਪਾਉਣ ਡਿਆਂ। ਜਿੱਦਾਂ ਮੇਰੇ ਤੋਂ ਪਹਿਲਾਂ ਵੀਰ ਨੇ ਗੱਲ ਕੀਤੀ ਆ, ਅਜੇ ਤੱਕ ਸਾਡੇ ਪਿੰਡ ਕੋਈ ਸਟੇਡੀਅਮ ਨਹੀਂ ਬਣਿਆ। ਸਾਡੇ ਪਿੰਡ ਦੇ ਬਹੁਤ ਨਾਮੀ ਪਲੇਅਰ ਰਹੇ ਆ, ਸਾਡੇ ਪਿੰਡ ਬੜਾ ਉੱਚਾ ਸੁੱਚਾ ਪਿੰਡ ਸਾਡਾ, ਜਿਹਨਾਂ ਦਾ ਵਰਲਡ 'ਚ ਨਾਮ, ਸਾਡੇ ਪਿੰਡ ਦੇ ਮਹਾਂਪੁਰਸ਼ ਹੋਏ। ਤੁਸੀਂ ਜਿਹੜਾ ਵੋਟ ਪਾਇਆ, ਕੀ ਸੋਚ ਕੇ ਪਾਇਆ ਕਿ ਆਪਣੇ ਇਲਾਕੇ ਦੇ ਵਿਕਾਸ ਨੂੰ ਵੇਖ ਕੇ ਵੀ ਕੌਣ ਕਰੂਗਾ, ਕਿ ਪੰਜਾਬ ਦਾ CM ਕੌਣ ਬਣੂਗਾ, ਜਾਂ ਵੱਡੇ ਲੀਡਰ ਦਾ ਨਾਮ ਚਿਹਰਾ ਵੇਖ ਕੇ ਪਾਇਆ, ਕੀ ਸੋਚ ਕੇ ਤੁਸੀਂ ਵੋਟ ਪਾਉਂਦੇ ਹੋ? ਅਸੀਂ ਆਪਣੇ ਹਲਕੇ ਦੇ ਵਿਕਾਸ ਬਾਰੇ ਵੋਟ ਪਾਈ ਆ, ਸਾਨੂੰ ਚੰਗਾ ਉਮੀਦਵਾਰ ਮਿਲੇ ਅਸੀਂ ਉਹਨੂੰ ਵੋਟ ਪਾਈ। ਅਸੀਂ ਚਾਹੁੰਦੇ ਹਾਂ ਵਧੀਆ ਉਮੀਦਵਾਰ ਸਾਡੇ ਹਲਕੇ ਮਿਲੇ, ਜਿਹੜਾ ਸਾਡੇ ਹਰ ਇੱਕ ਦੀ ਸੁਣੇ, ਗਰੀਬਾਂ ਜਾਣ ਕੇ ਪਵੇ, ਇਹ ਨਹੀਂ ਕਿ ਉੱਥੋਂ ਹੀ ਕੁਝ ਬਹਿ ਕੇ ਗੱਲਾਂ ਕਰੀ ਜਾਵੇ, ਹਲਕੇ ਵਿੱਚ ਵਿਚਰੇ, ਹਲਕੇ ਜਾਂ ਹਲਕੇ ਨੂੰ ਪਿਆਰ ਕਰੇ।
ਇੱਥੇ ਨਾ ਕੁਛ ਨੌਜਵਾਨ ਬੱਚੇ ਵੀ ਬੈਠੇ ਨੇ, ਹਾਲਾਂਕਿ ਇਹ ਦੱਸਿਆ ਜਾਂਦਾ ਕਿ ਪੰਜਾਬ ਵਿੱਚ ਬਹੁਤ ਨੌਜਵਾਨਾਂ ਦਾ ਕੰਪੈਰੇਟਿਵਲੀ ਬਾਕੀ ਸਟੇਟਸ ਨਾਲੋਂ ਕਾਫੀ ਜ਼ਿਆਦਾ ਰੁਝਾਨ ਹੈਗਾ ਵੋਟਾਂ ਪਾਉਣ ਦਾ। ਇਹ ਬੱਚੇ ਬੈਠੇ ਨੇ, ਤੁਸੀਂ ਆਪਣੇ ਵੋਟਾਂ ਦਾ ਅਧਿਕਾਰ ਕੀਤਾ ਹੈ ਜੀ? ਹਾਂਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸ਼ਹਿਬਾਜ਼ ਸਿੰਘ ਹੈ। ਤੇ ਕਿੰਨਵੀਂ ਵਾਰੀ ਬੇਟਾ ਵੋਟ ਪਾਇਆ ਤੁਸੀਂ? ਪਹਿਲੀ ਟਾਈਮ ਪਾਇਆ, ਫਸਟ ਟਾਈਮ। ਪਹਿਲੀ ਵਾਰੀ ਵੋਟ ਪਾਇਆ ਤੇ ਕੀ ਸੋਚ ਕੇ ਪਾਇਆ ਔਰ ਮਨ ਵਿੱਚ ਕੀ ਵਲਵਲਾ ਸੀਗਾ ਵੋਟਾਂ ਨੂੰ ਲੈ ਕੇ ਜੀ? ਹਾਂਜੀ, ਪਹਿਲੀ ਵਾਰ ਪਾਈ ਵੋਟ, ਬੜਾ ਮਨ ਚ ਇਹ ਵੀ ਚੰਗੇ ਬੰਦੇ ਕਿਸੇ ਨੂੰ ਪਾਈਏ, ਪਿੰਡ ਦਾ ਵੱਧ ਤੋਂ ਵੱਧ ਵਿਕਾਸ ਹੋਵੇ ਸਾਡੇ ਹਲਕੇ ਦਾ, ਤੇ ਸਾਨੂੰ ਬਹੁਤ ਉਮੀਦ ਹੈ ਵੀ ਜਿਹੜਾ ਵੀ ਹੁਣ ਬਣੂਗਾ ਉਹ ਸਾਡੇ ਹਲਕੇ ਦੇ ਸੁਣੂਗਾ, ਕਿਉਂਕਿ ਜਿਹੜਾ ਸਾਡਾ ਪਿੰਡ ਮੂਧਲਾ ਇਹ ਜਿਹੜਾ ਵੀ ਆਉਂਦਾ ਉਹ ਗੋਦ ਲੈਂਦਾ, ਸਿਰਫ ਇੱਕੋ ਪਿੰਡ ਸਾਡੇ ਦੇ ਹਲਕੇ 'ਚ, ਤੇ ਸਾਨੂੰ ਬਹੁਤ ਉਮੀਦ ਹੈ ਵੀ ਜਿਹੜਾ ਵੀ ਬਣੂਗਾ ਉਹ ਇਸ ਦਾ ਸੁਣੂਗਾ। ਇਹ ਜਿਹੜੀ ਅੰਮ੍ਰਿਤਸਰ ਈਸਟ ਕੌਂਸਟੀਚੁਐਂਸੀ ਹੈਗੀ ਹੈ, ਇਹਦੇ ਵਿੱਚ ਜਿਹੜਾ ਇੱਕ ਰੂਰਲ ਬੈਲਟ ਹੈ, ਰੂਰਲ ਬੈਲਟ ਵਿੱਚ ਇੱਕੋ ਪਿੰਡ ਪੈਂਦਾ, ਮੂਧਲ ਪਿੰਡ ਜਿਹੜਾ, ਇਹਦੇ 4000 ਦੇ ਕਰੀਬ ਵੋਟਰ ਨੇ, ਆਬਾਦੀ ਲਗਭਗ 7000 ਦੇ ਕਰੀਬ ਹੋਏਗੀ, 7-8000 ਦੇ ਕਰੀਬ ਆਬਾਦੀ ਹੈ। ਔਰ ਇਹ ਬੱਚੇ ਜਿਹੜੇ ਆ, ਤੁਸੀਂ ਇਹ ਦੇਖੋ ਕਿ ਆਪਣੇ ਸਰਟੀਫਿਕੇਟ ਵੀ ਇਹਨਾਂ ਨੂੰ ਮਿਲਿਆ ਜਿਹੜਾ ਪਹਿਲੀ ਵਾਰੀ ਵੋਟ ਪਾ ਕੇ ਆਏ ਨੇ ਤੁਸੀਂ, ਇਹ ਸਰਟੀਫਿਕੇਟ ਤੁਹਾਨੂੰ ਉੱਥੋਂ ਮਿਲਿਆ ਜੀ? ਹਾਂਜੀ। ਕੀ ਨਾਮ ਹੈ ਤੁਹਾਡਾ ਜੀ? ਗਗਨਦੀਪ ਸਿੰਘ। ਗਗਨਦੀਪ, ਪਹਿਲੇ ਵੋਟ ਤੁਸੀਂ ਪਾ ਕੇ ਆਏ ਹੋ, ਤੇ ਪਹਿਲਾਂ ਤੁਹਾਡਾ ਰਿਐਕਸ਼ਨ ਕੀ ਹੈ, ਕਿਵੇਂ ਲੱਗਦਾ? ਵਧੀਆ ਲੱਗ ਰਿਹਾ ਜੀ ਵੋਟ ਪਾ ਕੇ, ਤੇ ਅਸੀਂ ਉਮੀਦ ਕਰਦੇ ਹਾਂ ਕਿ ਮਤਲਬ ਕਿ ਜਿਹੜਾ ਵੀ ਸਾਡੀ ਪਾਰਟੀ ਆਊਗੀ ਉਹ ਸਾਡੇ ਪਿੰਡ ਦਾ ਵਿਕਾਸ ਕਰੂਗੀ, ਅਤੇ ਬਾਕੀ ਇਹੀ ਆ ਕਿ ਹੁਣ ਕੋਈ ਕਰੇ ਵੀ ਵਿਕਾਸ, ਮਤਲਬ ਕਿ ਵਾਅਦੇ ਤਾਂ ਸਾਰੇ ਕਰਦੇ ਆ, ਪਰ ਹੁਣ ਵੇਖੋ ਵਿਕਾਸ ਕੌਣ ਕਰਦਾ। ਤੁਹਾਨੂੰ ਲੱਗਦਾ ਕਿ ਵੋਟ ਦਾ ਅਧਿਕਾਰ ਕਰਨਾ ਬਹੁਤ ਜ਼ਰੂਰੀ ਹੈ, ਕਰਨਾ ਚਾਹੀਦਾ? ਬਿਲਕੁਲ ਜੀ, ਬਹੁਤ ਬਹੁਤ ਜ਼ਰੂਰੀ ਹੈ, ਇਹ ਕਰਨਾ ਚਾਹੀਦਾ ਵਾ। 5 ਸਾਲ ਬਾਅਦ ਵੋਟਾਂ ਆਉਂਦੀਆਂ ਵਾ, ਅਤੇ ਸਾਰਿਆਂ ਨੂੰ ਮੇਰੇ ਹਿਸਾਬ ਨਾਲ ਵੋਟ ਪਾਉਣੀ ਚਾਹੀਦੀ ਹੈ, ਕਿਉਂਕਿ ਚਲੋ ਸਾਡਾ ਅਧਿਕਾਰ ਆ ਇਹ ਵੋਟ ਪਾਉਣਾ, ਅਤੇ ਅਸੀਂ ਵੋਟ ਪਾਵਾਂਗੇ ਅਤੇ ਫਿਰ ਹੀ ਕੋਈ ਪਾਰਟੀ ਦੇ ਮਤਲਬ ਕਿ ਯੋਗਦਾਨ ਸਾਡਾ ਵੀ ਪਊਗਾ ਕੋਈ ਪਾਰਟੀ ਨੂੰ ਬਣਨ ਦਾ, ਅਤੇ ਫਿਰ ਹੀ ਕੋਈ ਸਾਡਾ ਵਿਕਾਸ ਕਰੂਗਾ। ਅਤੇ ਤੁਹਾਡੇ ਯੰਗ ਬੱਚੇ, ਖਾਸ ਤੌਰ 'ਤੇ ਤੁਹਾਡੇ ਪਿੰਡ ਦੇ ਜਿਹੜੇ ਬੱਚੇ ਨੇ ਕਾਫੀ ਨੰਬਰ ਵਿੱਚ ਹੋਣਗੇ, ਉਹ ਕੀ ਸੋਚਦੇ ਨੇ, ਉਹਨਾਂ ਦੀ ਕੀ ਸਮੱਸਿਆਵਾਂ, ਕੀ ਡਿਮਾਂਡ ਹੈ ਉਹਨਾਂ ਦੀ? ਸਮੱਸਿਆ ਇਹੀ ਆ ਕਿ ਸਰਕਾਰ ਰੁਜ਼ਗਾਰ ਦੇਵੇ ਬੱਚਿਆਂ ਨੂੰ, ਜਿਨ੍ਹਾਂ ਦੀ ਏਜ 18 ਤੋਂ ਉੱਪਰ ਹੋ ਗਈ ਆ, ਜਿਨ੍ਹਾਂ ਦੀ +2 ਕੰਪਲੀਟ ਹੋ ਗਈ ਆ, ਜਾਂ ਜਿਨ੍ਹਾਂ ਨੇ ਕੋਈ ਡਿਗਰੀ ਕਰ ਲਈ ਆ, ਅਤੇ ਉਹਨਾਂ ਨੂੰ ਸਰਕਾਰ ਮੌਕਾ ਦੇਵੇ, ਨੌਕਰੀ ਦੇਵੇ, ਭਾਵੇਂ ਕੋਈ ਵੀ ਦੇ, ਸਰਕਾਰੀ ਨਹੀਂ ਦੇਣੀ, ਪ੍ਰਾਈਵੇਟ ਦੇ, ਪਰ ਕੁਛ ਉਹਨਾਂ ਨੂੰ ਰੁਜ਼ਗਾਰ ਦੇਵੇ ਕਿ ਜਿਹੜੇ ਵਿਦੇਸ਼ਾਂ ਨੂੰ ਬੱਚੇ ਨਾ ਭੱਜਣ। ਇਸ ਪਿੰਡ ਨੂੰ, ਮੂਧਲ ਪਿੰਡ ਨੂੰ ਵਿਕਾਸ ਇਹਦੇ 'ਤੇ ਕਰਾਉਣ ਲਈ ਜਿਹੜੇ ਯੂਨੀਅਨ ਮਿਨਿਸਟਰ ਹੈਗੇ ਨੇ ਹਰਦੀਪ ਪੁਰੀ, ਜਦੋਂ ਆਏ ਸੀਗੇ ਉਹਨਾਂ ਨੇ ਵੀ ਇੱਥੇ ਇੱਕ ਵਾਰੀ ਇਹਨੂੰ ਗੋਦ ਲੈਣ ਦੀ ਗੱਲ ਕੀਤੀ ਸੀ, ਨਵਜੋਤ ਸਿੰਘ ਸਿੱਧੂ ਨੇ ਵੀ ਇਸ ਪਿੰਡ ਨੂੰ ਗੋਦ ਲਿਆ, ਇੱਕ ਮੈਂਬਰ ਪਾਰਲੀਮੈਂਟ ਔਜਲਾ, ਗੁਰਜੀਤ ਸਿੰਘ ਔਜਲਾ, ਉਹਨਾਂ ਨੇ ਵੀ ਇਸ ਨੂੰ ਗੋਦ ਲਿਆ, ਲੇਕਿਨ ਇਸ ਪਿੰਡ ਦੇ ਹਾਲਾਤਾਂ ਬਾਰੇ, ਇੰਨੇ ਮਿਨਿਸਟਰ ਦੇ ਆਉਣ ਦੇ ਬਾਵਜੂਦ ਔਰ ਇਹਨੂੰ ਗੋਦ ਲੈਣ ਦੇ ਕਾਰਨ, ਉਹਦੇ ਬਾਅਦ ਇੱਥੇ ਕੀ ਕੀ ਕੁਝ ਵਿਕਾਸ ਹੋਇਆ, ਕੀ ਵਾਧੇ ਹੋਏ? ਤੁਸੀਂ ਮੇਰੇ ਨਾਲ ਇੱਥੇ ਤੁਸੀਂ ਦੱਸੋਗੇ ਜੀ, ਤੁਹਾਡਾ ਕੀ ਨਾਮ ਹੈ? ਸਰ, ਮੇਰਾ ਨਾਮ ਹਾਕਿਮ ਸਿੰਘ ਹੈ। ਹਾਕਿਮ, ਤੁਸੀਂ ਵੋਟ ਪਾਇਆ ਜੀ? ਹਾਂਜੀ ਸਰ, ਫਸਟ ਟਾਈਮ ਹੀ ਪਾਈ ਹੈ। ਅੱਛਾ, ਤੁਸੀਂ ਵੀ ਪਹਿਲੀ ਵਾਰੀ ਵੋਟ ਪਾਈ ਹੈ? ਹਾਂਜੀ ਸਰ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਵਾਅਦੇ ਤੁਹਾਡੇ ਪਿੰਡਾਂ ਬਾਰੇ ਕੀਤੇ ਗਏ ਜਾਂ ਜੋ ਵਿਕਾਸ ਹੋਣਾ ਚਾਹੀਦਾ ਸੀਗਾ ਉਹ ਕਿੰਨਾ ਕੁ ਹੋਇਆ, ਔਰ ਤੁਸੀਂ ਕੀ ਸਮਝਦੇ ਹੋ ਕੀ ਹੋਰ ਹੋਵੇ? ਸਰ, ਜਿਹੜੇ ਤਾਂ ਪਹਿਲਾਂ ਸੀ ਉਹਨਾਂ ਨੇ ਤਾਂ ਕੋਈ ਏਡਾ ਖਾਸ ਕੀਤਾ ਨਹੀਂ ਆ, ਕਿਵੇਂ ਅਸੀਂ ਝੂਠ ਮਾਰੀ ਜਾਈਏ, ਚਲੋ ਕੀਤਾ ਬਟ ਨਹੀਂ ਹੁਣ ਕਰਨ ਲੱਗੇ ਆ। ਹਾਕਿਮ, ਇਹ ਤੁਹਾਡੇ ਆਪਣੇ ਵਿਚਾਰ ਨੇ, ਹੈ ਨਾ, ਕਿ ਕਿਸੇ ਨੇ ਵਿਕਾਸ ਕੀਤਾ ਜਾਂ ਨਹੀਂ ਕੀਤਾ, ਲੇਕਿਨ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਜ਼ਰੂਰਤ ਹੈਗੀ ਹੈ ਜਿਹੜੀ ਹੋਣੀ ਚਾਹੀਦੀ ਹੈ ਖਾਸ ਤੌਰ 'ਤੇ ਯੰਗ ਬੱਚਿਆਂ ਲਈ, ਕਿਉਂਕਿ ਤੁਸੀਂ ਪਹਿਲੀ ਵਾਰ ਵੀ ਵੋਟ ਪਾ ਕੇ ਆਏ ਹੋ? ਸਰ, ਜੋਬ ਵਗੈਰਾ ਹੀ ਚਾਹੀਦੀਆਂ ਵਾ ਹੁਣ, ਜਿੱਦਾਂ ਹੁਣ ਸਟੇਡੀਅਮ ਚਾਹੀਦਾ ਨੀਅਰ ਅਬਾਊਟ, ਕਿ ਹੁਣ ਸਾਰਿਆਂ ਨੇ ਬੱਚੇ ਜਿੱਦਾਂ ਹੁਣ +2 ਕੰਪਲੀਟ ਕਰਦੇ ਆ, ਅਤੇ ਬੱਚੇ ਹਮੇਸ਼ਾ ਹੀ ਸੋਚਦੇ ਆ ਕਿ ਚਲੋ ਹੁਣ ਬੈਂਡ ਲਈਏ ਅਤੇ ਬਾਹਰ ਜਾਈਏ, ਅਤੇ ਸਾਨੂੰ ਬਾਹਰ ਜਾਣ ਤੋਂ ਬੱਚਿਆਂ ਨੂੰ ਰੋਕਣਾ ਚਾਹੀਦਾ, ਅਤੇ ਚਲੋ ਇੱਥੇ ਵੀ ਰੁਜ਼ਗਾਰ ਦੇਣਾ ਚਾਹੀਦਾ ਵਾ, ਬੱਚਿਆਂ ਨੂੰ ਗੇਮਸ ਵਗੈਰਾ ਖਿਡਾਉਣੀਆਂ ਚਾਹੀਦੀਆਂ, ਅਤੇ ਵਧੀਆ ਸਟੇਡੀਅਮ ਵਧੀਆ ਕਿੱਟਾਂ ਵਗੈਰਾ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਵਾ। ਹਾਂਜੀ ਹਾਂਜੀ। ਇਹ ਮੂਧਲ ਪਿੰਡ ਵਿੱਚ ਜਿੱਥੇ ਬੱਚੇ ਵੋਟ ਪਾ ਰਹੇ ਨੇ, ਤੁਸੀਂ ਦੇਖ ਸਕਦੇ ਹੋ ਕਿ ਬਹੁਤ ਉਸ ਗੇਟ 'ਤੇ ਜੇ ਆਪਾਂ ਦਿਖਾ ਸਕੀਏ, ਅਤੇ ਬਜ਼ੁਰਗ ਜਿਹੜੇ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਡਿਸੇਬਿਲਿਟੀ ਹੈ ਉਹਨਾਂ ਵਾਸਤੇ ਵੀ ਇੱਕ ਇੰਤਜ਼ਾਮ ਕੀਤੇ ਗਏ ਨੇ, ਅੱਗੇ ਵੀਲਚੇਅਰ ਹੈ ਲੇਕਿਨ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ, ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਕਾਰਡ ਜ਼ਰੂਰ ਇਸ਼ੂ ਕੀਤੇ ਨੇ, ਲੇਕਿਨ ਉਹ ਬੂਥ ਦੇ ਬਾਹਰ ਤੱਕ ਦੇ
ਕਵਰੇਜ ਨੂੰ ਲੈ ਕੇ ਹੀ ਹੈਗੇ ਨੇ ਉੱਥੇ ਤੱਕ ਉਹਨਾਂ ਦੇ ਲਈ ਇੰਤਜ਼ਾਮ ਜੋ ਦੱਸਿਆ ਜਾਂਦਾ ਹੈ ਕਿ ਜਿਹੜੇ ਬਜ਼ੁਰਗ ਨੇ ਜਿੱਥੇ ਉਹਨਾਂ ਕੋਲੋਂ ਲਿਸਟ ਹੈਗੀ ਆਲਰੇਡੀ ਗਵਰਨਮੈਂਟ ਕੋਲੋਂ ਇਲੈਕਸ਼ਨ ਕਮਿਸ਼ਨ ਕੋਲ ਕਿ ਜਿੱਥੇ ਜ਼ਿਆਦਾ ਬਜ਼ੁਰਗਾਂ ਦੀ ਆਉਣ ਦੀ ਉਮੀਦ ਹੈਗੀ ਹੈ ਉੱਥੇ ਉਹਨਾਂ ਨੇ ਵੀਲਚੇਅਰ ਵਗੈਰਾ ਲਗਵਾਈਆਂ ਹੋਈਆਂ। ਇੱਥੇ ਮਹਿਲਾਵਾਂ ਵੀ ਕਾਫ਼ੀ ਜ਼ਿਆਦਾ ਤਾਦਾਦ ਵਿੱਚ ਆ ਰਹੀਆਂ, ਲੇਕਿਨ ਅਸੀਂ ਕੋਸ਼ਿਸ਼ ਕੀਤੀ ਉਹ ਕੈਮਰੇ ਅੱਗੇ ਆਉਂਦੇ ਹਾਲੇ ਵੀ ਸੰਗਦੇ ਨੇ। ਕਾਮਰੇਡ ਸਾਹਿਬ, ਜਿਹੜੇ ਲੋਕ ਇੱਥੇ ਇਲੈਕਸ਼ਨ ਚ ਆਏ ਉਹਨਾਂ ਨੇ ਵਾਅਦੇ ਵੀ ਕੀਤੇ ਹੋਣੇ ਆ, ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਨੂੰ ਆਪਣੇ ਹਲਕੇ ਤੋਂ ਬਾਹਰ ਨੂੰ ਆਈਏ ਤੇ ਪੰਜਾਬ ਨੂੰ ਕਿਹੜੇ ਮੁੱਦਿਆਂ ਦੀ ਲੋੜ ਹੈ, ਕਿਹੜੇ ਜਿਵੇਂ ਤੁਸੀਂ ਕਿਹਾ ਕਿ ਮੁੱਦਿਆਂ ਦੀ ਰਾਜਨੀਤੀ ਨਹੀਂ ਹੋ ਰਹੀ, ਇਲੈਕਸ਼ਨ ਨਹੀਂ ਹੋ ਰਿਹਾ, ਚਿਹਰਿਆਂ ਦੀ ਹੋ ਰਹੀ ਹੈ, ਤੇ ਕੀ ਕੁਝ ਹੋਣਾ ਚਾਹੀਦਾ ਫਿਰ? ਵੇਖੋ ਜੀ, ਮੁੱਦੇ ਅੱਜ ਜਿਹੜੇ ਜ਼ਰੂਰੀ ਜਿਹੜੇ ਸਾਡੇ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਜਿਹੜੇ ਆ ਉਹ ਮੁੱਦੇ ਹੈ ਨਹੀਂ ਕੋਈ ਵੀ, ਕਿਉਂਕਿ ਪੰਜਾਬ ਪੱਧਰ 'ਤੇ ਵੇਖਿਆ ਜਾਵੇ ਤਾਂ ਵੇਖੋ ਸਭ ਤੋਂ ਵੱਡੀ ਗੱਲ ਸੀ ਸਿੱਖਿਆ ਦੀ, ਸਿਹਤ ਅਤੇ ਸਿੱਖਿਆ ਸਭ ਤੋਂ ਜ਼ਰੂਰੀ ਮੁੱਦੇ ਇਹ ਹੁੰਦੇ ਆ। ਇੱਥੋਂ ਦੀ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਕੀ ਆ, ਮੰਨ ਲਓ ਕਿ ਇਹੋ ਜਿਹੜੇ ਮੁੱਦੇ ਆ ਉਹ ਗਾਇਬ ਆ। ਮਹਿੰਗਾਈ ਕਿੰਨੀ ਹੋ ਗਈ ਆ, ਬੇਰੁਜ਼ਗਾਰੀ ਕਿੰਨੀ ਆ, ਇਹ ਮੁੱਦਾ ਕੋਈ ਨਹੀਂ ਬਣਾਉਣ ਲਈ। ਸਭ ਤੋਂ ਵੱਡਾ ਇੱਕ ਮੁੱਦਾ ਜੀ ਅੱਜ ਜਿਹੜਾ ਸਾਡੇ ਸੱਭਿਆਚਾਰ ਦੇ ਵਿੱਚ ਪ੍ਰਦੂਸ਼ਣ ਫੈਲ ਰਿਹਾ ਗੀਤ ਸੰਗੀਤ ਦੇ ਵਿੱਚ ਵੀ। ਅਸੀਂ, ਮੈਂ ਇਪਟਾ ਜਥੇਬੰਦੀ ਨਾਲ ਵੀ ਸੰਬੰਧਿਤ ਹੈ, ਜਿਹੜੀ ਕਲਾਕਾਰਾਂ ਦੀ ਜਥੇਬੰਦੀ ਆ, ਆਰਟਿਸਟਾਂ ਦੀ ਸਾਡੀ, ਮੈਂ ਉਹਦਾ ਪੰਜਾਬ ਦਾ ਮੰਨ ਲਓ ਕਿ ਸੈਕਟਰੀ ਹਾਂ। ਅਸੀਂ ਮੰਨ ਲਓ ਇਪਟਾ ਵੱਲੋਂ ਮੰਨ ਲਓ ਕਿ ਪਿਛਲੇ ਦਿਨੀ ਸਾਰੇ ਜ਼ਿਲ੍ਹਾ ਕੇਂਦਰਾਂ ਦੇ ਧਰਨੇ ਵੀ ਦਿੱਤੇ ਕਿ ਇਹ ਜਿਹੜੀਆਂ ਚੋਣਾਂ ਲੜ ਰਹੀਆਂ ਪਾਰਟੀਆਂ ਇਹਨੂੰ ਇੱਕ ਚੁਣਾਵੀ ਮੁੱਦਾ ਬਣਾਉਣ, ਸੱਭਿਆਚਾਰ ਜਿਹੜਾ ਫੈਲਿਆ ਪ੍ਰਦੂਸ਼ਣ ਇਹਨੂੰ ਦੂਰ ਕਰਨ ਲਈ। ਪਰ ਲੇਕਿਨ ਕਿਸੇ ਵੀ ਸਿਆਸੀ ਪਾਰਟੀ ਨੇ ਹਿੰਮਤ ਨਹੀਂ ਕੀਤੀ ਇਹ ਕਰਨ ਦੀ, ਜਦੋਂ ਕਿ ਸਿਆਸੀ ਪਾਰਟੀਆਂ ਦੇ ਮੁੱਦੇ ਵੇ ਇਹ ਹੋਣੇ ਚਾਹੀਦੇ ਸੀ ਮੇਨ ਜਿਹੜੇ ਸੀ ਲੋਕਾਂ ਦੇ। ਮੰਨ ਲਓ ਕਿ ਅੱਜ ਗਰੀਬੀ ਕਿੱਥੋਂ ਤੱਕ ਪਹੁੰਚ ਗਈ ਆ, ਕੀ ਅੱਜ ਵਿਕਾਸ ਜਿਹੜਾ ਉਹ ਗਲੀਆਂ ਨਾਲੀਆਂ ਨਾਲ ਹੀ ਥੋੜ੍ਹਾ ਹੁੰਦਾ ਵਿਕਾਸ, ਵੀ ਇੱਥੋਂ ਦੀਆਂ ਸੜਕਾਂ ਬੜੀਆਂ ਵਧੀਆ ਵਾ, ਇੱਥੋਂ ਦੀਆਂ ਗਲੀਆਂ ਨਾਲੀਆਂ ਬੜੀਆਂ ਵਧੀਆ ਵਾ। ਸਿੱਧੂ ਸਾਹਿਬ ਜੋ ਦੱਸਦੇ ਆ ਮੈਂ ਵਿਕਾਸ ਬਹੁਤ ਕੀਤਾ, ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਇੱਥੋਂ ਮੇਰੇ ਹਲਕੇ ਦੀ ਮੰਨ ਲਓ ਕਿ ਜਿਹੜੀ ਆ ਗਰੀਬੀ ਰੇਖਾ ਤੋਂ ਕਿੰਨੇ ਲੋਕ ਉੱਪਰ ਉੱਠ ਕੇ ਗਏ ਆ, ਕਿੰਨੇ ਲੋਕਾਂ ਨੂੰ ਮੈਂ ਰੁਜ਼ਗਾਰ ਦਿੱਤਾ, ਇਹ ਕੋਈ ਮੁੱਦਾ ਬਣਿਆ ਇਹਨਾਂ ਦੀ ਇਲੈਕਸ਼ਨ 'ਚ? ਕੋਈ ਪਾਰਟੀ ਨਹੀਂ ਬਣਾ ਰਹੀ। ਮੰਨ ਲਓ ਕਿੰਨੇ ਲੋਕਾਂ ਨੂੰ ਇਹਨਾਂ ਨੇ, ਮੰਨ ਲਓ ਕੋਈ ਨਹੀਂ ਕਰ ਸਕੇ, ਜਦੋਂ ਕਿ ਇੱਥੇ ਮੰਨ ਲਓ ਜਿਹੜੀ ਲੜਾਈ ਆ ਜੇ ਵੇਖਿਆ ਜਾਵੇ ਤੇ ਮੰਨ ਲਓ ਗਾਲਾਂ ਕੱਢਦੇ ਆ ਉਮੀਦਵਾਰ ਇੱਕ ਦੂਜੇ ਨੂੰ, ਮੰਨ ਲਓ ਸਟੇਜ ਤੋਂ ਇੰਨੀ ਭੱਦੀ ਸ਼ਬਦਾਵਲੀ ਵਰਤਦੇ ਆ ਜਿਹੜੀ, ਮੰਨ ਲਓ ਕਿ ਉੱਤੇ ਗੱਲ ਕਰਨਾ ਚਾਹੁੰਦਾ। ਹਾਂਜੀ ਹਾਂਜੀ, ਜਿਹੜੇ ਪਾਰਟਿਕੂਲਰ ਲੀਡਰ ਬਾਰੇ ਤੁਹਾਡਾ ਗੁੱਸਾ ਹੈ, ਤੁਹਾਡਾ ਆਪਣਾ ਜ਼ਾਤੀਕ ਹੈ? ਨਹੀਂ ਜ਼ਾਤੀ ਨਹੀਂ, ਮੈਂ ਨਾ ਤੁਸੀਂ ਬੋਲਦੇ ਆ ਇੱਕ ਦੂਜੇ ਦੇ ਖਿਲਾਫ, ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸ਼ਬਦਾਵਲੀ ਨੂੰ ਲੈ ਕੇ, ਹਾਂਜੀ ਸ਼ਬਦਾਵਲੀ, ਅਨ ਪਾਰਲੀਮੈਂਟ ਲੈਂਗੁਏਜ ਜਾਂ ਭੱਦੀ ਸ਼ਬਦਾਵਲੀ, ਹਾਂਜੀ ਹਾਂਜੀ, ਉਹਨੂੰ ਪਿੰਡ ਵਾਲੇ ਆਮ ਸਿਆਣੇ ਲੋਕ ਕਿਸ ਤਰ੍ਹਾਂ ਦੇਖਦੇ ਨੇ ਜੀ? ਵੇਖੋ ਜੀ, ਸਿਆਣੇ ਦੇਖਦੇ, ਪਿਛਲੇ ਦਿਨੀ ਇੱਥੇ ਸਾਡੇ ਹਲਕੇ ਦੇ ਬਹੁਤ ਮਾਨਯੋਗ ਮੰਤਰੀ ਸਾਹਿਬ ਇੱਥੇ ਆਏ ਇੱਕ, ਔਰ ਉਹ ਮੰਨ ਲਓ ਕਿ ਬਹੁਤ ਜ਼ਿੰਮੇਵਾਰ ਬੰਦੇ ਨੇ ਆਪਣੀ ਪਾਰਟੀ ਦੇ, ਔਰ ਉਹ ਪਿੰਡ ਦੀ ਸਟੇਜ ਤੋਂ ਖਲੋ ਗਏ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਨੂੰ, ਮੰਨ ਲਓ ਇੰਨੀ ਭੱਦੀ ਸ਼ਬਦਾਵਲੀ ਕਹਿ ਕੇ ਗਏ ਕਿ ਜਿਹੜੀ ਮੰਨ ਲਓ ਇਹੋ ਜਿਹੇ ਲੀਡਰ ਨੂੰ ਸੋਭਾ ਨਹੀਂ ਦਿੰਦੀ। ਠੀਕ ਹੈ, ਮੰਨ ਲਓ ਕਿ ਉਹ ਮੰਨ ਲਓ ਇਹਨਾਂ ਲੀਡਰਾਂ ਨੂੰ ਚਾਹੀਦਾ ਕਿ ਆਪਣੇ ਵਿਕਾਸ ਬਾਰੇ ਦੱਸਣ, ਆਪਣੇ ਕੰਮਾਂ ਬਾਰੇ ਦੱਸਣ ਵੀ ਅਸੀਂ ਕੀ ਕੀਤਾ, ਜਾਂ ਨਾ ਕਿ ਤੁਹਾਡੀ ਕਿਸੇ ਨਾਲ ਵਿਚਾਰਧਾਰਾ ਨਹੀਂ ਮੇਲ ਖਾਂਦੀ, ਉਹ ਗੱਲ ਵੱਖਰੀ ਆ, ਪਰ ਤੁਸੀਂ ਕਿਸੇ ਨੂੰ ਗਾਲਾਂ ਤੇ ਨਾ ਕੱਢੋ, ਸ਼ਬਦਾਵਲੀ ਸਹੀ ਰੱਖੋ। ਲੇਕਿਨ ਇੱਥੇ ਤੇ ਆ ਕੇ ਇੱਕ ਲੀਡਰ ਉਹਦੇ ਖਿਲਾਫ ਇੰਨਾ ਕੁ ਬੋਲਦਾ, ਦੂਜਾ ਉਹ ਤੋਂ ਵੱਡਾ ਬੋਲਦਾ, ਤੀਜਾ ਉਹ ਤੋਂ ਵੱਡਾ ਬੋਲਦਾ, ਚੁਣਾਵੀ ਮੁੱਦੇ ਬਿਲਕੁਲ ਗਾਇਬ ਆ ਜੀ ਇਸ ਲੜਾਈ ਚੋਂ। ਜਿਹੜੇ ਤੁਸੀਂ ਦੱਸਿਆ ਕਿ ਮੈਂ ਤੁਹਾਡੇ ਨਾਲ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਮੁਲਾਕਾਤ ਹੋਈ ਸੀਗੀ, ਤੁਸੀਂ ਦੱਸਦੇ ਸੀ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਹਾਲੇ ਵੀ ਜਿਹੜਾ ਡਰੱਗ ਦਾ ਇਸ਼ੂ ਹੈ ਉਹ ਹਾਲੇ ਵੀ ਉਵੇਂ ਹੀ ਸਸਟੇਨ ਕਰਦਾ, ਉਹ ਕੀ ਕਾਰਨ ਹੈ, ਕਿਉਂ ਨਹੀਂ ਨੱਥ ਪੈ ਰਹੀ ਜੀ? ਵੇਖੋ ਜੀ, ਇਹ ਤੇ ਆ ਕਿ ਵੇਖੋ ਹੁਣ ਜਿਵੇਂ ਮੰਨ ਲਓ ਇਹ ਪ੍ਰਸ਼ਾਸਨ ਨੂੰ ਪਤਾ, ਸਾਰਿਆਂ ਨੂੰ ਪਤਾ, ਸਾਡੇ ਪਿੰਡ 'ਚ ਸਮੈਕ ਅੱਜ ਵੀ ਇੱਥੇ ਖੁੱਲ੍ਹੇਆਮ ਵਿਕਦੀ ਆ। ਮੰਨ ਲਓ ਕਿ ਪਿਛਲੇ ਸਮੇਂ 'ਚ ਅੱਜ ਆਪਾਂ ਇੱਕ ਪਾਰਟੀ ਦੇ ਬਲੇਮ ਲਾਉਂਦੇ ਹਾਂ ਕਿ ਮੰਨ ਲਓ ਕੋਈ ਬੰਦਾ ਇਹ ਲਾਵੇ ਕਿ ਆਹ ਫਲਾਣਾ ਬੰਦਾ ਇਹਦਾ ਦੋਸ਼ੀ ਆ, ਕੀ ਇਹ ਮੰਨ ਲਓ ਕਿ ਸਿੱਧੂ ਸਾਹਿਬ ਦੇ ਹਲਕੇ 'ਚ ਇੰਨੀ ਸਮੈਕ ਵੇਖਦੀ ਰਹੀ ਕਿਸੇ ਨੂੰ ਪਤਾ ਨਹੀਂ ਸੀ? ਤੁਸੀਂ ਉਹੀ ਫਿਰ ਮੈਂ, ਕਿਉਂਕਿ ਦੇਖੋ ਅਸੀਂ ਇੱਕ ਸੁਤੰਤਰ ਚੈਨਲ ਹੈਗੇ ਆ, ਉਹਦੇ ਕਨਵੇ ਕਰਦੇ ਆ, ਕਿਸੇ ਤੇ ਦੋਸ਼ਾ ਰੋਪਣ ਆਪਾਂ ਕਰਨ ਦੀ ਬਜਾਏ ਇੱਕ ਜਨਰਲ, ਤੁਸੀਂ ਜਿਵੇਂ ਦੱਸ ਰਹੇ ਹੋ ਕਿ ਡਰੱਗਸ ਦਾ ਇਸ਼ੂ ਇੱਥੇ ਹੈਗਾ, ਉਹਦਾ ਕੀ ਹੱਲ ਹੈ? ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਲਾਉਂਦੇ ਆ, ਚਾਹੀਦਾ ਤੇ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਹਰ ਲੀਡਰ ਦੀ ਵੀ, ਹਰ ਨਾਗਰਿਕ ਦੀ ਵੀ, ਕਿ ਆਪਾਂ ਇਹਨੂੰ ਨੱਥ ਪਾਈਏ। ਅੱਜ ਆਪਾਂ ਇੱਕ ਦੂਜੇ ਉੱਤੇ ਇਲਜ਼ਾਮਬਾਜ਼ੀ ਲਾ ਕੇ ਡਰੱਗ ਦੇ ਮਸਲੇ ਤੋਂ ਸਮੈਕ ਦੇ ਮਸਲੇ ਆਪਾਂ ਮੰਨ ਲਓ ਇਹਨਾਂ ਦੇ ਉੱਤੋਂ ਪਰੇ ਹਟ ਰਹੇ ਹਾਂ, ਆਪਾਂ ਦੋਸ਼ ਇੱਕ ਦੂਜੇ ਤੇ ਲਾ ਰਹੇ ਹਾਂ, ਜਦੋਂ ਕਿ ਸਾਡੀ ਸਾਰਿਆਂ ਦੀ, ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਔਰ ਲੀਡਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਪੋਲੀਟੀਕਲ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਲਾਉਣ ਦੀ ਬਜਾਏ ਇਸ ਚੀਜ਼ ਨੂੰ ਸੁਧਾਰਨ। ਆਉਣ ਵਾਲੇ ਸਮੇਂ ਸਾਡੀ ਇਹ ਮੰਗ ਆ ਮੁੱਖ ਹਲਕੇ ਦੇ ਵਿੱਚ ਕਿ ਇਹਨਾਂ ਚੀਜ਼ਾਂ ਨੂੰ, ਇਹ ਨਹੀਂ ਗੱਲ ਹੈਗੀ ਆਪਾਂ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਆਖੀਏ, ਬਹੁਤ ਅਸੀਂ ਸੱਚੇ ਸੁੱਚੇ ਇਤਰਾ ਨਾ ਕਰੀਏ, ਸਾਡੀ ਤੇ ਆਮ ਲੋਕਾਂ ਦੀ ਇਹ ਮੰਗ ਆ ਕਿ ਇਹਨੂੰ ਇੱਕ, ਵੇਖੋ ਸਾਡਾ ਬਹੁਤ ਸ਼ਾਂਤਮਈ ਇਹ ਪਿੰਡ ਆ, ਬੜੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਪੁਰਾਣੀ ਵਿਰਾਸਤ ਆ ਇਹਦੀ, ਕਦੀ ਵੀ ਇੱਥੋਂ ਦੇ ਲੋਕ ਆਪੋ ਇਹਦੀ ਨਹੀਂ ਲੜੇ ਨਾ, ਅੱਜ ਤੱਕ ਸ਼ਾਂਤੀ ਮੰਨ ਲਓ ਕਿ ਰਹੀ ਆ। ਇਹ ਸਾਡੇ ਮੰਨ ਲਓ ਸਰਪੰਚ ਸਾਹਿਬ ਨੇ
ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰਾ ਮਤਲਬ ਚਲੋ ਆ ਵਿਕਾਸ ਤੁਹਾਨੂੰ ਦੇਖਦਾ ਹੀ ਆ ਜੋ ਕੋਈ ਕਰਵਾਇਆ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਸਿਰਫ ਸਾਨੂੰ ਇੱਕੋ ਹੀ ਆ ਕਿ ਲੀਡਰਾਂ ਦੀ ਆਪਸੀ ਜਿਹੜੀ ਹੈਗੀ ਆ ਨਾ ਸ਼ਬਦਾਵਲੀ ਉਹ ਸਹੀ ਹੋਣੀ ਚਾਹੀਦੀ ਆ। ਸਾਨੂੰ ਇਹਨਾਂ ਦਾ ਸਰਪੰਚ ਸਾਹਿਬ, ਸਰਪੰਚ ਸਾਹਿਬ ਨਾਲ ਵੀ ਗੱਲ ਕਰ ਲੈਂਦੇ ਹਾਂ ਜੀ। ਸਰਪੰਚ ਸਾਹਿਬ ਮੈਨੂੰ ਪਹਿਲੇ ਤਾਂ ਪਤਾ ਨਹੀਂ ਸੀ ਕਿ ਤੁਸੀਂ ਮੌਜੂਦਾ ਸਰਪੰਚ ਹੋ ਜੀ ਇਸ ਪਿੰਡ ਦੇ ਜੀ। ਹਾਂਜੀ, ਕੀ ਨਾਂ ਹੈ ਤੁਹਾਡਾ ਜੀ? ਗੁਰਕੀਰਤ ਸਿੰਘ ਜੀ। ਗੁਰਕੀਰਤ, ਜਿਸ ਤਰੀਕੇ ਤੁਹਾਡੇ ਪਿੰਡ ਨੂੰ ਮੈਂ ਵੇਖਦਾ ਪਿਆ, ਹਾਲਾਂਕਿ ਬਹੁਤ ਵੱਡੇ ਵੱਡੇ ਲੀਡਰਾਂ ਨੇ ਇਹਨੂੰ ਗੋਦ ਵੀ ਲਿਆ, ਔਰ ਲੇਕਿਨ ਹਜੇ ਵੀ ਵਿਕਾਸ ਕੰਮ ਬੜੇ ਨਜ਼ਰ ਆ ਰਹੇ, ਲੋਕਾਂ ਦੇ ਮਨਾਂ 'ਚ ਇੱਕ ਗੁੱਸਾ ਵੀ ਨਜ਼ਰ ਆ ਰਿਹਾ, ਤੁਸੀਂ ਇਹਦੇ 'ਤੇ ਕੀ ਦੇਖਦੇ ਹੋ ਇਸ ਗੱਲ ਨੂੰ? ਵਿਕਾਸ ਜਿਹੜੇ ਹੋਏ ਆ ਉਹ ਤਾਂ ਜਿਹੜੇ ਵਿੱਤ ਕਮਿਸ਼ਨ ਦੀ ਗ੍ਰਾਂਟ ਆਉਂਦੀ ਹੈ ਨਾ ਸੈਂਟਰ ਸਰਕਾਰ ਵੱਲੋਂ, ਉਹਦੇ ਵਿੱਚੋਂ ਜਿੰਨਾ ਕੰਮ ਕੀਤਾ ਉਹੋ ਹੀ ਹੋਇਆ ਵਾ, ਬਾਕੀ ਸਿੱਧੂ ਸਾਹਿਬ ਨੇ ਤਾਂ ਕੁਛ ਨਹੀਂ ਦਿੱਤਾ ਜੀ ਪਿੰਡ ਨੂੰ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੋਕਾਂ ਦੇ ਮਨਾਂ 'ਚ ਕੁਛ ਗੁੱਸਾ ਜ਼ਰੂਰ ਨਜ਼ਰ ਆ ਰਿਹਾ ਕਿ ਕਿਉਂਕਿ ਇਸ ਮੁੱਦਲ ਪਿੰਡ ਨੂੰ ਜਿਹੜਾ ਜਿਹਨੂੰ ਚਾਹੁੰਦੇ ਜਿਹੜਾ ਇੱਕ ਕਾਫੀ ਸ਼ਹਿਰ ਦੇ ਨਜ਼ਦੀਕ ਹੋ ਕੇ ਵੀ ਸ਼ਹਿਰ ਤੋਂ ਕਾਫੀ ਦੂਰ ਹੈ, ਉਹਦੇ ਵਿੱਚ ਕੁਛ ਗੁੱਸਾ ਆਪਣੇ ਆਪਣੇ ਤੌਰ 'ਤੇ ਲੋਕ ਕੱਢ ਰਹੇ ਨੇ ਪਰਟੀਕੁਲਰ ਲੀਡਰ ਬਾਰੇ ਜਿਹਦਾ ਉਹ ਉਹਨਾਂ ਦੇ ਆਪਣੇ ਜਾਤੀ ਵਿਚਾਰ ਨੇ ਉਹ ਵਾਲੇ, ਲੇਕਿਨ ਜਿਹੜਾ ਵੋਟ ਦਾ ਅਧਿਕਾਰ ਹਰ ਕੋਈ ਇੱਥੇ ਨਾਲ ਨਾਲ ਲੈ ਰਿਹਾ, ਔਰ ਜਿਸ ਤਰੀਕੇ ਆਪਣੀ ਗੱਲ ਨੂੰ ਰੱਖਣਾ, ਕਿਉਂਕਿ ਇੱਕ ਡੈਮੋਕਰੈਟਿਕ ਵੇ ਹੈ ਔਰ ਡੈਮੋਕਰੇਸੀ ਵਿੱਚ ਹੀ ਦੱਸਿਆ ਜਾ ਸਕਦਾ ਕਿ ਕਿਸ ਤਰ੍ਹਾਂ ਅਗਰ ਕਿਸੇ ਨੂੰ ਕੋਈ ਲੀਡਰ ਪਸੰਦ ਹੈ ਜਾਂ ਨਹੀਂ ਪਸੰਦ ਹੈ, ਉਹ ਡੈਮੋਕਰੈਟਿਕ ਵੇ ਨਾਲ ਕਨਵੇ ਕਰੇ, ਕਿਉਂਕਿ ਉਹ ਦੱਸਦੇ ਨੇ ਕਿ ਪਿੰਡ ਇੱਕ ਸ਼ਾਂਤਮਈ ਪਿੰਡ ਰਿਹਾ, ਇੱਥੇ ਇਲੈਕਸ਼ਨ ਹਮੇਸ਼ਾ ਸ਼ਾਂਤਮਈ ਢੰਗ ਨਾਲ ਹੁੰਦੇ ਰਹੇ ਨੇ, ਔਰ ਪਿੰਡ ਵਾਸੀ ਚਾਹੁੰਦੇ ਨੇ ਕਿ ਉਹਨਾਂ ਦਾ ਪਿੰਡ ਜਿਹੜਾ ਉਹ ਦੁਬਾਰਾ ਤੋਂ ਮੂਦਲ ਜਿਹੜਾ ਇੱਕ ਦਿਲ ਨੂੰ ਮੋਹ ਲੈਣ ਵਾਲਾ ਉਹ ਇੱਕ ਪਿੰਡ ਕਿਸੇ ਟਾਈਮ 'ਚ ਜਾਣਿਆ ਜਾਂਦਾ ਸੀ, ਉਹ ਦੁਬਾਰਾ ਫਿਰ ਤੋਂ ਉਸ ਪਿੰਡ ਨੂੰ ਉਸੇ ਤਰੀਕੇ ਜਾਣਿਆ ਜਾਵੇ। ਉਮੀਦ ਕਰਦੇ ਨੇ ਜਿਹੜਾ ਵੀ ਲੀਡਰ ਇੱਥੇ ਆਏਗਾ, ਜਿਹਨੂੰ ਵੀ ਉਹ ਚੁਣ ਰਹੇ ਨੇ, ਜਿਹੜਾ ਵੋਟਾਂ ਜ਼ਿਆਦਾ ਲੈ ਕੇ ਜਿੱਤ ਕੇ ਆਉਣਗੇ, ਉਹ ਇਸ ਪਿੰਡ ਦੇ ਵਿਕਾਸ ਲਈ ਔਰ ਜਿਹੜੇ ਲੋਕਾਂ ਦੀ ਭਾਵਨਾਵਾਂ ਜਿਸ ਤਰੀਕੇ ਪਿੰਡ ਦੇ ਬੱਚਿਆਂ ਨੂੰ ਜੋਬ ਨੂੰ ਲੈ ਕੇ ਹੈ ਜਾਂ ਪਿੰਡ ਨੂੰ ਸਾਫ਼ ਪਾਣੀ ਪਿਆਉਣ ਵਾਲਾ, ਜਿਹੜੇ ਵੀ ਉਹਨਾਂ ਦੇ ਮੁੱਦੇ ਉਹਨਾਂ ਨੂੰ ਹੱਲ ਕਰ ਸਕਣ। ਰਵਿੰਦਰ ਸਿੰਘ ਰੋਬਿਨ, ਮੂਦਲ, ਅੰਮ੍ਰਿਤਸਰ ਤੋਂ।